சொல்லு போ ஓகே. ஏ மக்களே வர ஆளுங்க ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰੇ ਠੀਕ ਠਾਕ ਹੋ ਵੈਲਕਮ ਬੈਕ ਟੂ ਮੇਰੇ ਚੈਨਲ ਇੱਕ ਵਾਰ ਫਿਰ ਤੋਂ ਅਤੇ ਬਾਕੀ ਅਸੀਂ ਉੱਠ ਪਏ ਹਾਂ ਨਹਾ ਧੋ ਲਿਆ ਸਿਰ ਧੋ ਲਿਆ ਵੇ ਅਤੇ ਬਾਕੀ ਹੁਣ ਚੱਲੇ ਸੀ ਆਪਾਂ ਸਮਾਨ ਲੈਣ ਮਤਲਬ ਕਿ ਖਾਣ ਪੀਣ ਦਾ ਇਹਨੇ ਫਿਰ ਡੈਕੋਰੇਸ਼ਨ ਕਰਨ ਜਿਹੜੀ ਰਾਤ ਥੋੜ੍ਹੀ ਰਹਿ ਗਈ ਸੀ ਰਾਤ ਨੂੰ 10:30 ਹੋ ਗਏ ਸੀ ਸਾਨੂੰ ਅਤੇ ਬਾਕੀ ਕਹਿੰਦੇ ਟਾਈਮ ਬਹੁਤ ਹੋ ਗਿਆ ਫਿਰ ਚਲੇ ਗਏ ਸੀ ਘਰ ਧੋਣਾ ਲੱਗ ਗਿਆ ਡੈਕੋਰੇਸ਼ਨ ਕਰਨ ਵਾਸਤੇ ਅਤੇ ਆਪਾਂ ਚੱਲੇ ਹਾਂ ਸਮਾਨ ਲੈਣ ਅਤੇ ਬਣਾਉਣ ਲੱਗੇ ਹਾਂ ਖਾਣ ਪੀਣ ਦਾ ਸਮਾਨ ਤੁਹਾਨੂੰ ਦੱਸਣੇ ਹਾਂ ਕੀ ਬਣਾਉਣ ਲੱਗੇ ਹਾਂ ਅਤੇ ਬਾਕੀ ਮਿਲਦੇ ਹਾਂ ਤੁਹਾਨੂੰ ਸਮਾਨ ਵਾਲੀ ਥਾਂ 'ਤੇ ਜੇ ਵੀਡੀਓ ਸੋਹਣੀ ਲੱਗਦੀ ਲਾਈਕ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਦਿਆ ਕਰੋ ਮਿਲ ਗਿਆ ਤੁਹਾਨੂੰ ਉੱਥੇ ਜਾ ਕੇ ਬਾਕੀ ਅਸੀਂ ਜਾ ਰਹੇ ਹਾਂ ਸਮਾਨ ਲੈਣ ਜਿਹੜਾ ਖਾਣ ਪੀਣ ਦਾ ਅਤੇ ਆ ਚੁੱਕੇ ਹਾਂ ਸਮਾਨ ਵਾਲੀ ਥਾਂ 'ਤੇ ਪਰੋਕਸੀ ਪਰੋਕਸੀ ਵਿੱਚ ਸਮਾਨ ਲੈਂਦੇ ਹਾਂ ਜੀ ਆਪਾਂ ਅਤੇ ਕਾਸਾ ਕਰਾਉਣ ਲੱਗੇ ਗੋਭੀ ਸ਼ਿਮਲਾ ਮਿਰਚ ਅਤੇ ਆਲੀ ਰੋਟੀ ਜੀ ਅਤੇ ਬਾਕੀ ਮਿਲ ਲਿਆ ਤੁਹਾਨੂੰ ਆਪਾਂ ਗੱਡੀ 'ਚ ਆ ਕੇ ਅਸੀਂ ਸਮਾਨ ਲੈ ਲਿਆ ਜੀ ਅਤੇ ਹੁਣ ਚੱਲੇ ਹਾਂ ਘਰ ਅਤੇ ਬਾਕੀ ਤੁਹਾਨੂੰ ਮਿਲਦੇ ਹਾਂ ਅਸੀਂ ਘਰ ਹਾਂਜੀ ਬਾਕੀ ਡੈਕੋਰੇਸ਼ਨ ਵਾਲੇ ਭਾਈ ਆ ਚੁੱਕੇ ਨੇ ਅਤੇ ਲੱਗ ਗਏ ਨੇ ਡੈਕੋਰੇਸ਼ਨ ਕਰਨ ਅਤੇ ਨਾਲ ਭਾਅ ਜੀ ਅਸੀਂ ਭਾਅ ਜੀ ਅਤੇ ਅੰਮ੍ਰਿਤ ਅਤੇ ਬਾਕੀ ਵੇਖੋ ਜੀ ਨੀਨੀ ਦੀਆਂ ਫੋਟੋਆਂ ਜਿਹੜੇ ਪੂਰੇ ਮਹੀਨੇ ਦੀਆਂ ਅਤੇ ਲਓ ਜੀ ਇਹ ਕੀ ਬਣ ਰਿਹਾ ਤੁਸੀਂ ਕਿੱਥੋਂ ਘੁੰਮ ਕੇ ਆਏ ਹੋ ਤੁਹਾਨੂੰ ਨੀ ਪਤਾ ਅੱਜ ਬਰਥਡੇ 'ਚ ਨਹੀਂ ਜਾਣਾ ਸੀ ਦੋ ਦੋ ਸ਼ੈਫ ਲੱਗੇ ਹੋਏ ਨੇ ਦੋ ਦੋ ਸ਼ੈਫ ਹਾਂ ਇੱਧਰ ਲਸਣ ਪਿਆਜ ਵੀ ਕੱਟਿਆ ਜਾ ਰਿਹਾ ਕੀ ਬਣ ਰਿਹਾ ਥੋੜ੍ਹਾ ਦੱਸਿਆ ਜਾਏਗਾ ਚਚਾ ਬਾ ਹਾਰ ਕੇ ਦੇਖੋ ਜੀ ਡੈਕੋਰੇਸ਼ਨ ਖਤਮ ਹੋ ਹੀ ਗਈ ਅਤੇ ਬਾਕੀ ਨਿਬੜ ਗਈ ਡੈਕੋਰੇਸ਼ਨ ਕੱਲ੍ਹ ਲੱਗਣੀ ਆ ਅਤੇ ਸਾਰੀ ਡੈਕੋਰੇਸ਼ਨ ਕੀਤੀ ਮੇਰੀ ਚਾਚੀ ਜੀ ਨੇ ਅਤੇ ਵੇਖੋ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਅਤੇ ਕਿਸੇ ਨੇ ਕਰਾਉਣੀ ਹੋਵੇ ਅਤੇ ਮੈਨੂੰ ਮੈਸੇਜ ਕਰ ਸਕਦਾ ਅਤੇ ਵੇਖੋ ਜੀ ਦੇਖੋ ਜੀ ਕਿ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਹੈ ਅਤੇ ਬਾਕੀ ਅਸੀਂ ਲੱਗੇ ਹੁਣ ਰੈਡੀ ਹੋਣਾ ਡੈਕੋਰੇਸ਼ਨ ਨਿਬੜੀ ਹੈ ਅਤੇ ਬਸ ਥੱਕ ਗਏ ਹਾਂ ਅਤੇ ਸਵੇਰ ਦੇ ਨਾਤੇ ਲੱਗਦਾ ਇੱਕ ਵਾਰੀ ਹੋਰ ਨਾਲ ਪਸੀਨਾ ਹੀ ਆ ਗਿਆ ਬਹੁਤ 2:00 ਨੇ 5 ਪਾਰਟੀ ਸਟਾਰਟ ਹੈ ਅਤੇ ਤੁਹਾਨੂੰ ਦਿਖਾਉਂਦੇ ਹਾਂ ਕੌਣ ਕੌਣ ਆ ਲੱਗੇ ਕੌਣ ਕੌਣ ਨਹੀਂ ਅਤੇ ਬਾਕੀ ਮਿਲਦੇ ਜੀ ਬਾਕੀ ਅਸੀਂ ਉਹ ਲੱਗੇ ਰੈਡੀ ਅਤੇ ਕਿਉਂਕਿ 3:30 ਹੋ ਗਏ ਨੇ ਇਸ ਲਈ ਬਾਕੀ ਪੱਗ ਪਈ ਦਮਾਲਾ ਦੇਖਦੇ ਹਾਂ ਕਿਹੜੀ ਚੀਜ਼ ਸੋਹਣੀ ਬਣੀਂਦੀ ਹੈ ਅਤੇ ਉਹ ਬੰਨੀ ਹੈ ਅਤੇ ਨਾਲ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਗਰਮੀ ਬਹੁਤ ਜ਼ਿਆਦਾ ਵੇ ਬਾਕੀ ਰੈਡੀ ਸ਼ਰੀ ਹੋ ਗਏ ਤੁਹਾਨੂੰ ਮਿਲਦੇ ਹਾਂ ਫਿਰ ਆਪਾਂ ਦੇਖੋ ਜੀ ਜਨਤਾ ਆ ਚੁੱਕੀ ਸਾਰੀ ਹੋਰ ਕਿਹੜੀ ਪੁੱਛ ਰਹੀ ਹੈ ਬਾਗ ਪ੍ਰਭ ਡੋਨ ਡੈਡੀ ਜੀ ਭਾਬੀ ਮੈਂ ਸਾਰੇ ਤੇ ਸਾਡਾ ਬਰਥਡੇ ਬੁਆਏ ਨੂੰ ਨਾ ਬੜਾ ਲੱਗਦਾ ਸੀ ਤੂੰ ਇਹਦਾ ਮੂੰਹ ਧੋਤਾ ਵੇ ਮੂੰਹ ਧੋਤਾ ਸੀ ਕਿਵੇਂ ਲਾਈ ਹੈ ਹੈ ਵੀ ਬੋ ਬਾਕੀ ਆ ਗਈ ਆ ਗਈ ਚੱਜ ਨਾਲ ਫੋਟੋ ਖਿੱਚਣਾ ਪਿਆ ਅਤੇ ਬਾਕੀ ਇਸ ਲੱਗਿਆ ਅਸੀਂ ਫੋਟੋ ਸ਼ੂਟ ਕਰਨ ਲੱਗੇ ਹਾਂ ਜੀ ਇਹ ਤੋਂ ਪਹਿਲਾਂ ਸਾਡੀ ਡੈਕੋਰੇਸ਼ਨ ਖਰਾਬ ਹੋ ਗਈ ਕਿਉਂਕਿ ਗਰਮੀ ਨਾਲ ਪਕਾਉਣ ਸਾਰੇ ਨਾ ਪਾੜੇ ਜਾਂਦੇ ਪਏ ਨੇ ਤਾਂ ਕਰਕੇ ਅਤੇ ਦੇਖੋ ਜੀ ਤਿਆਰੀ ਸ਼ਿਆਰੀ ਹੋ ਚੁੱਕੀਆਂ ਨੇ ਅਤੇ ਬਾਕੀ ਜੋ ਕੇਕ ਕੱਟਾਂ ਦਿਖਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਤੂੰ ਗੈਂਗਸਟਰ ਬਣਨਾ ਪਿਆ ਚੱਕ ਮੇਰੀ ਗੈਂਗਸਟਰ ਮੈਨੂੰ ਹੋ ਚੁੱਕੀਆਂ ਨੇ ਅਤੇ ਬਾਕੀ ਜੋ ਕੇਕ ਕੱਟਾਂ ਦਿਖਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਤੂੰ ਗੈਂਗਸਟਰ ਬਣਨਾ ਪਿਆ ਚੱਕ ਮੇਰੀ ਗੈਂਗਸਟਰ ਮੈਨੂੰ ਗਰਮੀ ਬਹੁਤ ਜ਼ਿਆਦਾ ਅੰਨੇਵਾ ਗਰਮੀ ਕਹਿੰਦੇ ਨਾ ਹੋ ਗਏ ਕਸਰਤ ਗੱਲਾਂ ਦੇ ਵੇਖੋ ਗਲੋਬ ਆ ਗਈ ਗਰਮੀ ਨਾਲ ਅਤੇ ਬਾਕੀ ਵੇਖੋ ਜੀ ਗੈਂਗਸਟਰ ਆ ਗਿਆ
ਕੌਣ ਲੱਡੂ ਡੋਣ ਵੀ ਆ ਗਏ ਨੇ ਬਾਕੀ ਪਰੌਣੇ ਵੀ ਆ ਗਏ ਭਾ ਚਾਚੀ ਵੀ ਆ ਗਏ ਤੇ ਬਾਕੀ ਜਦੋਂ ਕੇਕ ਕੱਟਾਂਗੇ ਤਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਜੀ ਬਾਕੀ ਚਾਚੀ ਜੀ ਮੰਮਾ ਜੀ ਲੱਡੂ ਕੈਸਾ ਲੱਗਾ ਆਪਕੋ ਕੇਕ ਅੱਛਾ ਖਾਣ ਤਾਂ ਬਣ ਗਿਆ ਲੱਸੀ ਨਾ ਹਜੇ ਅਦਰ ਵੇਖੋ ਗੱਡੀ ਲਿਆਓ ਲਾਓ ਚਲੋ ਪੀਪੀ ਚ ਬੈਠੀ ਚਲੋ ਪੀਪੋ ਕਿਉਂ ਦੱਸ ਹੀ ਕਰਦੇ ਪਰ ਕੀ ਲੱਗ ਲੱਗੀ ਕੁੜੀ ਲਾ ਲੱਗੀ ਓਏ ਆਏ ਚਲੋ ਉਧਰੋਂ ਥੱਲੇ ਚਲੋ ਉਹ ਵੀ ਹੁੰਦੀ ਵੀ ਨਾ ਥੱਲੇ ਧਰ ਦੇ ਲਾ ਥੱਲੇ ਦਾ ਡਾਂਸ ਕਰਦੀ ਕਿ ਨਹੀਂ ਓ ਕ੍ਰਿਕਟ ਸਾਹਿਬ ਆ ਚੁੱਕੇ ਨੇ ਇੱਧਰ ਦੇਖੋ ਜੀ ਕੈਸਾ ਆਪ ਜੀ ਬਾਕੀ ਅਸੀਂ ਲੱਗੇ ਕੇਕ ਕੱਟਣ ਜੀ ਤੇ ਤੁਹਾਨੂੰ ਦਿਖਾਉਂਦੇ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਪਰਨੀ ਦੇਖੋ ਜੀ ਬੈਠੇ ਸਾਰੇ ਤੇ ਖਾਓ ਜੀ ਪਕੌੜੇ ਪੈਟੀਆਂ ਤੇ ਮੰਮਾ ਜੀ ਕੱਟਣ ਲੱਗੇ ਜੀ ਪੀਸਿਸ ਟੂ ਕੇਕ ਮੈਨੂੰ ਦੇ ਦਿਓ ਮੈਂ ਪਕਾ ਲੈਣਾ ਹਾਂਜੀ ਨਹੀਂ ਤੇ ਬਾਕੀ ਗੁਣੇ ਤੈਨੂੰ ਕੇਕ ਮਿਲ ਗਿਆ ਕਿਉਂ ਨਹੀਂ ਖਾਣਾ ਖਾ ਲੈ ਤੈਨੂੰ ਭੁੱਖ ਹੀ ਨਹੀਂ ਹੁੰਦੀ ਹੈਗੀ ਤੈਨੂੰ ਕੇਕ ਮਿਲ ਗਿਆ ਅੱਜ ਜੀ ਬੈਠੋ ਤੁਸੀਂ ਵੀ ਖਾ ਲਓ ਕੇਕ ਵੇਟਰ ਵੇਟਰ ਸਾਹਮਣੇ ਵੇਟਰ ਸਾਹਮਣੇ ਵੇਟਿੰਗ ਹੁੰਦੀ ਜੀ ਬਾਕੀ ਅਸੀਂ ਖਾ ਰਹੇ ਹਾਂ ਕੇਕ ਖਾ ਲਓ ਸਾਰੇ ਵਿਦ ਮਾਈ ਭਗਤ ਨਹੀਂ ਪਲੇ ਨਹੀਂ ਪਲੇਅਰ ਕ੍ਰਿਕਟ ਪਲੇਅਰ ਤੂੰ ਨਹੀਂ ਕੰਪਨੀ ਦੇ ਨਾ ਆ ਜਾ ਮੈਂ ਨਵਾਂ ਲੱਭ ਲਿਆ ਬੰਦਾ ਕੇਕ ਬਹੁਤ ਸਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਾਬੂ ਤੁਹਾਡਾ ਨਾਮ ਹਨੁਮਾਨ ਕਿੱਥੇ ਰਹਿੰਦੇ ਹੋ ਮੈਂ ਬੁੱਢੀ ਸਿੱਖਣਾ ਪੈਣਾ ਬਹੁਤ ਸਵਾਦ ਜੀ ਸੱਚੀ ਗੱਲ ਹਾਂਜੀ ਬਾਹਰ ਇੰਨਾ ਸੋਹਣਾ ਮੇਲਾ ਲੱਗਾ ਤੁਸੀਂ ਇੱਥੇ ਫੋਨ ਵੇਖਣ ਲੱਗੇ ਹੋ ਗਰਮੀ ਚ ਬੰਦਾ ਬਾਹਰ ਫੋਨ ਵੇਖ ਲੇ ਚਲੋ ਬਸ ਔਖਾ ਹੀ ਲੈ ਤੂੰ ਟੱਪ ਲੱਗ ਗਿਆ ਤੂੰ ਟੱਪ ਲੱਗ ਸ਼ਦੈਨ ਹੀ ਸ਼ਦੈਨ ਹੀ ਸ਼ਦੈਨ ਬਾਕੀ ਜੀ ਬਹਿ ਗਏ ਸਾਰੇ ਖੋਲ ਕੇ ਤੇ ਬਾਅਦ ਚ ਖਾਣੇ ਰੋਟੀ ਪਾਣੀ ਤੇ ਕਰਦੇ ਹਾਂ ਤੁਹਾਡੇ ਬਾਅਦ ਤੂੰ ਬਾਕੀ ਇੱਧਰ ਲੱਗਾ ਜੀ ਡਾਂਸ ਹੁਣ ਡਾਂਸ ਦੀ ਤਿਆਰੀਆਂ ਭਾਜੀ ਟੈਂਟ ਵਾਲੇ ਭਾਜੀ ਕੰਟਰੈਕਟ ਤੇਕਨ ਹੋ ਗਿਆ ਯਾ ਚਾਚਾ ਜੀ ਲਾਈਕ ਪਾਪਾ ਜੀ ਲੱਗੇ ਨੇ ਉੱਧਰ ਮੋਟਰਸਾਈਕਲ ਚਲੋ ਡਾਂਸ ਕਰੀਏ ਚਲੋ ਉੱਠੋ ਸਾਰੇ ਭਾਜੀ ਲਾਓ ਗਾਣੇ
ਡਾਂਸ ਦੀ ਤਿਆਰੀ ਖਿੱਚੋ ਤੇ ਕੋ ਟੀਮ ਬੈਠੀ ਹੈ ਤੇ ਕਿਹੜਾ ਟੀਮ ਬੈਠੀ ਹੈ ਤੇ ਬਾਕੀ ਦੱਸ ਦਿਆ ਜੋ ਡਾਂਸ ਕਰਨ ਜੀ ਪੱਖਾ ਹੋ ਜਾਂਦਾ ਟੋਏ ਕਹਿੰਦਾ ਆ ਪੱਖਾ ਕਹਿੰਦੇ ਟੋਏ ਟੋਏ ਨਹੀਂ ਹੈਗੇ ਉਹ ਟੈਂਟ ਵੱਲ ਕਦੋਂ ਜਾਈ ਜਾਂਦੇ ਇੱਧਰ ਆ ਜਾ ਥੋੜਾ ਉਹ ਟੈਂਟ ਕਿਹੜੀ ਸੀ ਗੁਆਂਢੀ ਕਰ ਲੈ ਜੋ
ਕਿਦਾਂ ਦੀ ਲੱਗ ਰਹੀ ਸਭ ਨੂੰ ਸਬਜ਼ੀ? ਸਬਜ਼ੀ ਰੋਟੀ ਪਾਣੀ ਬਹੁਤ ਸਵਾਦ ਹੈ। ਅੱਜ ਦੀ ਜਿਹੜੀ ਮੋਸਟਲੀ ਸਬਜ਼ੀਆਂ ਨੇ ਤਾਈ ਜੀ ਵੱਲੋਂ ਬਣਾਈਆਂ ਗਈਆਂ ਨੇ। ਓ ਮਾਈ ਗੋਡ, ਲਓ ਜੀ ਬਰਥਡੇ ਗਰਲ ਤਾਂ ਸੋ ਰਹੀ ਹੈ। ਬਾਕੀ ਅਸੀਂ ਡਾਂਸ ਕਰ ਕੁਰ ਕੇ ਤੂੰ ਗਾ ਜਾ ਰਹੀ ਸੀਰੀਅਸ ਹੋ ਗਈ ਜਾ ਰਹੀ ਕੁਛ ਸੀਰੀਅਸ ਚਪੇੜਾ ਤਾਂ ਨਹੀਂ ਹੈ ਕਿ ਰੋਟੀ ਨੀ ਖਾਧੀ? ਹਾਂ ਸਾਡੇ ਸ਼ਦੈਣ ਇਹ ਪਹਿਲਾਂ ਹੀ ਆਈ ਸੀ ਮੇਰੇ ਵੀਡੀਓ ਵਿੱਚ। ਬਾਕੀ ਬਾਕੀ ਕਰਦੇ ਆ ਬਾਅਦ ਵਿੱਚ। ਹਾਂਜੀ ਹੁਣ ਖਾ ਲਿਆ ਸੀ ਆਈਸਕ੍ਰੀਮ। ਇਹ ਦੇਖੋ ਜੀ ਕਿਤਨੀ ਅੱਛੀ ਲੱਗ ਰਹੀ ਹੈ, ਇਹ ਵੀ ਸਾਡੀ ਚਾਚੀ ਜੀ ਨੇ ਬਣਾਈ ਹੈ। ਉਹ ਜੀ ਸਾਰਾ ਕੁਛ ਨਿਬੜ ਗਿਆ ਜੀ ਅਤੇ ਸਮਾਨ ਸਮੂਨ ਲਾਉਣ ਲੱਗੇ ਹਾਂ। ਉੱਧਰ ਜੀ ਲੱਗੇ ਭਾਂਡੇ ਭੁੰਡੇ ਮਾਂਜਣ ਸਾਰੇ, ਅਤੇ ਇੱਧਰ ਲੱਗੇ ਨੇ ਲੱਡੂ ਸਾਫ ਸਮਾਨ ਲਾਉਣ। ਸਵੇਰੇ ਸਾਰਿਆਂ ਨੇ ਕੰਮ 'ਤੇ ਜਾਣਾ ਅਤੇ ਇਸ ਲਈ ਬਸ ਭਾਜੀ ਖਤਮ ਕ੍ਰਿਕਟ। ਤੁਹਾਨੂੰ ਬਹੁਤ ਹੀ ਸਮਝ ਆਇਆ ਕ੍ਰਿਕਟ ਖਤਮ, ਫੁੱਟਬਾਲ ਖੇਡਦਾ ਤੇ ਰਾਤ ਮਜ਼ਾ ਆਇਆ। ਬਾਕੀ ਸਮਾਨ ਸਮੂਨ ਕਰ ਲਈਏ ਧਰ ਲਈਏ, ਧੁੱਪਾਂ ਮਾਰ ਕੇ ਮਿਲਦਾ ਤੁਹਾਨੂੰ ਐਂਡ ਵਿੱਚ। ਇਹ ਸੀ ਅੱਜ ਦਾ ਫਲੋ, ਜੇ ਤੁਹਾਨੂੰ ਸੋਹਣਾ ਲੱਗਿਆ ਲਾਈਕ ਕਮੈਂਟ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ। ਬਾਕੀ ਬਹੁਤ ਵਧੀਆ ਰਹੀ ਪਾਰਟੀ, ਅਤੇ ਬਾਕੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਓ। ਬਾਕੀ ਮੈਂ ਤੁਹਾਨੂੰ ਨੈਕਸਟ ਵਿੱਚ।